ਹਾਂਜੀ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਜਿਹੜੀ ਕਿਨੂੰ ਮੰਡੀ ਲਾਈਵ ਦੀ ਅਪਡੇਟ ਹੈ ਜਿਹੜੀ ਉਹ ਲੈ ਕੇ ਲਾਈਵ ਹੋਏ ਹਾਂ। ਜਿਹੜਾ ਵੀ ਵੀਰ ਜੁੜੇ, ਵੀਡੀਓ ਸ਼ੇਅਰ ਜ਼ਰੂਰ ਕਰ ਦੇ ਤਾਂ ਜੋ ਭਾਅ ਜਿਹੜੇ ਅੱਜ ਦੇ ਕੀ ਰਹੇ ਹੈ ਉਹ ਕਿਸਾਨ ਵੀਰਾਂ ਨੂੰ ਪਤਾ ਲੱਗ ਸਕਣ। ਕੀ ਰੇਟ ਰਹੇ ਅੱਜ? 11 ਰੁਪਏ। ਤਾਂ ਬਾਈ ਨੇ ਦੱਸਿਆ ਕਿ 11 ਰੁਪਏ ਅਬੋਹਰ ਕਿਨੂੰ ਮੰਡੀ ਦੇ ਵਿੱਚ 5 ਫਰਵਰੀ 2024 ਦੇ ਭਾਅ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ, ਜਾਣਕਾਰੀ ਵੀ ਲਵਾਂਗੇ। ਆਵਾਜ਼ ਦਾ ਮਾੜਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਆਵਾਜ਼ ਠੀਕ ਆ ਰਹੀ ਹੈ ਤਾਂ ਬੋਲੀਏ। ਇੱਧਰ ਕੋਸ਼ਿਸ਼ ਕਰਾਂਗੇ ਲਾਈਵ ਤੁਹਾਨੂੰ ਦਿਖਾਈਏ। ਕੀ ਰੇਟ ਲੱਗਿਆ? ਕੀ ਰੇਟ ਵਿਕਿਆ? 11 ਰੁਪਏ ਵੇਚਤਾ ਕਿ ਨਹੀਂ? 11 ਰੁਪਏ ਲੱਗ ਗਏ ਬਾਈ ਇਹਦੇ, ਪਰ ਇਹ ਵਿਕਿਆ ਨਹੀਂ ਗਾ, ਦਿੱਤਾ ਨਹੀਂ ਅਗਲੇ ਨੇ ਜਿਹਦਾ ਹੈਗਾ ਸੀ। ਤਾਂ ਅੱਜ ਦੇ ਭਾਅ ਕੀ ਰਹੇ ਆ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ। ਤਾਂ ਜਿਹੜਾ ਮੌਸਮ ਖੁੱਲ੍ਹਣ ਤੋਂ ਬਾਅਦ ਇੱਕ ਉਮੀਦ ਜਿਹੜੀ ਹੈਗੀ ਸੀ ਵੀ ਰੇਟ ਹੈ ਉਹ ਮਿਲਣਗੇ, ਤਾਂ ਮੌਸਮ ਹਲੇ ਉਨਾ ਖੁੱਲ੍ਹ ਨਹੀਂ ਰਿਹਾ, ਜਿਹਦੇ ਕਰਕੇ ਸਮੱਸਿਆ ਜਿਹੜੀ ਰੇਟ ਦੀ ਆ ਰਹੀ ਹੈ। ਤਾਂ ਜਿਹੜੇ ਜਿਹੜੇ ਵੀ ਵੀਰ ਜੁੜਨ ਉਹ ਕਮੈਂਟ ਜ਼ਰੂਰ ਕਰਿਓ ਕਿ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਹੈ ਉਹ ਕੀ ਭਾਅ ਹੋ ਰਹੇ ਹੈ, ਤਾਂ ਜੋ ਜਿਹੜਾ ਦੂਜੇ ਵੀਰਾਂ ਨੂੰ ਵੀ ਪਤਾ ਲੱਗ ਸਕੇ ਕਿ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਆ ਉਹ ਕਿਹੜੇ ਭਾਅ ਹੋ ਰਹੇ ਆ। ਲਾਈਵ ਤਸਵੀਰਾਂ ਤੁਹਾਨੂੰ ਅਬੋਹਰ ਕਿਨੂੰ ਮੰਡੀ ਦੀਆਂ ਵਿਖਾ ਰਹੇ ਹਾਂ ਅਤੇ ਉੱਥੇ ਜਿਹੜਾ ਰੇਟ ਹੈ ਅੱਜ ਦਾ ਉਹ ਕੀ ਰਿਹਾ। ਅਬੋਹਰ ਕਿਨੂੰ ਮੰਡੀ ਤੁਸੀਂ ਦੇਖ ਸਕਦੇ ਹੋ ਮਾਲ ਹੈ ਜਿਹੜਾ ਕਿੰਨਾ ਕੁ ਮੰਡੀ 'ਚ ਆਇਆ ਹੋਇਆ ਹੈ, ਕਰੀਬ 2000 ਕੁਇੰਟਲ ਮਾਲ ਹੈ ਮੰਡੀ 'ਚ ਡੇਲੀ ਵਾਂਗੂ ਆਉਂਦਾ ਹੈ। ਤਾਂ ਇੱਥੇ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਕਿ ਅਬੋਹਰ ਕਿਨੂੰ ਮੰਡੀ ਹੈ ਜਿਹੜੀ ਇਹ ਹਰ ਹਫ਼ਤੇ ਸ਼ਨੀਵਾਰ ਨੂੰ ਬੰਦ ਰਹਿੰਦੀ ਹੈ, ਐਤਵਾਰ ਨੂੰ ਮੰਡੀ ਹੈ ਜਿਹੜੀ ਉਹ ਖੁੱਲ੍ਹਦੀ ਹੈ, ਸੈਚਰਡੇ ਸੰਡੇ ਸ਼ਨੀਵਾਰ ਹੈ ਜਿਹੜਾ ਉਸ ਦਿਨ ਬੰਦ ਰਹਿੰਦੀ ਹੈ। ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੇਮ ਕੰਬੋਜ ਜੀ। ਤਾਂ ਜਿਹੜਾ ਪੰਜਾਬ ਦਾ ਕਿਨੂੰ ਹੈ ਉਹ ਜੇਕਰ ਤੁਹਾਨੂੰ ਦੱਸ ਦਈਏ ਕਿ ਤਾਂ ਇੱਥੇ ਇੱਕ ਤੁਹਾਨੂੰ ਮੈਂ ਜਾਣਕਾਰੀ ਦੇ ਦਾਂ, ਸਾਧੂਲ ਸ਼ਹਿਰ ਦਾ ਪਿੰਡ ਹੈ ਮੰਨੀਆਂ ਵਾਲੀ, ਉੱਥੇ ਜਿਹੜੇ ਕਿਨੂੰ ਦੇ ਸੌਦੇ ਆ ਵੀਰ ਉਹ 11 ਰੁਪਏ 20 ਪੈਸੇ ਦੇ ਹਿਸਾਬ ਨਾਲ ਅੱਜ ਹੀ ਹੋਏ ਹੈ। ਤਾਂ ਜਿਹੜਾ ਰੇਟ ਹੈ ਕਰੀਬ 80 ਕੁਇੰਟਲ ਮਾਲ ਹੈ ਜਿਹੜਾ ਉਹ ਹਰ ਰੋਜ਼ ਤੋੜੂਗਾ ਅਤੇ 11 ਰੁਪਏ 20 ਪੈਸੇ ਸੌਦੇ ਉਸ ਜਗ੍ਹਾ ਹੋਏ ਹੈ। ਤਾਂ ਹੋਰ ਕਿਨੂੰ ਮੰਡੀ ਦੇ ਵਿੱਚ ਕੀ ਭਾਅ ਰਹੇ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਆਪਾਂ ਗੱਲਬਾਤ ਵੀ ਕਰਾਂਗੇ ਬਾਈ ਨਾਲ ਅਤੇ ਉਹਨਾਂ ਤੋਂ ਜਾਣਾਂਗੇ ਕਿ ਜਿਹੜਾ ਮੌਸਮ ਹੈ, ਇੰਦਰ ਜੀ ਸਾਡੇ ਨਾਲ ਹੈ, ਅਤੇ ਮੌਸਮ ਹੈ ਜਿਹੜਾ ਉਹ ਖੁੱਲ੍ਹ ਰਿਹਾ ਹੈ ਅਤੇ ਕੀ ਲੱਗਦਾ ਜਿਹੜਾ ਭਾਅ ਨੂੰ ਲੈ ਕੇ, ਤਾਂ ਉਹ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰਦੇ ਹਾਂ। ਬਾਈ ਜੀ ਇੱਕ ਤਾਂ ਇਹ ਦੱਸੋ ਵੀ ਜਿਹੜਾ ਭਾਅ ਅੱਜ ਦਾ 5 ਫਰਵਰੀ 2024 ਦਿਨ ਸੋਮਵਾਰ ਦਾ ਕੀ ਭਾਅ ਹੈਗਾ, ਜਿਵੇਂ 19 ਰੁਪਏ ਤੱਕ ਵੀ ਪਹੁੰਚ ਗਿਆ ਸੀ ਤਾਂ ਉਹਨੂੰ ਲੈ ਕੇ ਕੀ ਉਮੀਦ ਹੈ
ਅੱਜ ਅੱਜ ਉੱਪਰ ਜਿਹਦਾ 13 ਰੁਪਏ ਵਿਕਿਆ ਜੀ ਮਾਲ, ਆਮ ਮਾਰਕੀਟ ਕਹਿ ਸਕਦੇ 9 ਤੋਂ 11 ਦੀ ਅੱਜ। ਅਜੇ ਓਵਰਆਲ ਜਿਹੜੀ ਅੱਜ ਧੁੱਪ ਨਿਕਲੀ ਹੈ ਉਹਦਾ ਕੋਈ ਬਾਹਲਾ ਅਸਰ ਇੱਥੇ ਮੰਡੀ 'ਚ ਨਹੀਂ ਮਿਲਿਆ ਸਾਨੂੰ। ਧੁੱਪ ਨਿਕਲੀ ਸੀਗੀ, ਮੌਸਮ ਖੁੱਲ੍ਹਾ ਹੈ, ਪਰ ਮਾਲ ਪੈਂਡਿੰਗ ਬਹੁਤ ਪਿਆ ਮੰਡੀ ਦੇ ਵਿੱਚ, ਮਾਲ ਵਿਕੇ ਨਹੀਂ ਗਏ। ਅਤੇ ਉਮੀਦ ਕਰਦੇ ਸੀ ਵੀ ਮੌਸਮ ਖੁੱਲ੍ਹਿਆ ਗਾਹਕ ਆਉਣਗੇ, ਪਰ ਪਿੱਛੇ ਵੀ ਮੰਡੀਆਂ ਦੇ ਵਿੱਚ ਜਿਹੜੇ ਮਾਲ ਪਏ, ਅੱਜ ਮੌਸਮ ਖੁੱਲ੍ਹਿਆ, ਉਹਦੀ ਉਮੀਦ ਹੈ ਵੀ ਉਹ ਮੰਡੀਆਂ ਕਲੀਅਰ ਹੋ ਜਾਣਗੀਆਂ ਅਤੇ ਕੱਲ੍ਹ ਨੂੰ ਗਾਹਕ ਜਿਹੜੇ ਹੈ ਇੱਕ ਅੱਧੇ ਦਿਨ ਦੇ ਵਿੱਚ ਜਿਹੜੀ ਹੈ ਵਾਪਸ ਰੋਟੇਸ਼ਨ ਉਹੀ ਬਣ ਜਾਏਗੀ। ਮੌਸਮ ਇਸ ਹਫ਼ਤੇ ਮੌਸਮ ਵਿਭਾਗ ਤਾਂ ਦੱਸ ਰਿਹਾ ਵੀ ਸਾਫ਼ ਹੀ ਦੱਸ ਰਿਹਾ ਜੀ, ਕੋਈ ਅਜਿਹੀ ਗੱਲ ਹੈ ਨਹੀਂ ਗੀ। ਉਸ ਕਰਕੇ ਉਮੀਦ ਹੈ ਜੀ ਇਸ ਹਫ਼ਤੇ 1-2 ਰੁਪਇਆਂ ਦਾ ਵਾਧਾ ਮਿਲੂਗਾ ਜੀ। ਇੱਕ ਜਿਹੜਾ ਮਾਲ ਹੈ ਹੁਣ ਆਪਣਾ ਅਬੋਹਰ ਤੋਂ ਕਿੰਨੂ ਹੈ ਜਿਹੜਾ, ਉਹ ਜ਼ਿਆਦਾਤਰ ਕਿਹੜੀਆਂ ਮੰਡੀਆਂ ਜਾ ਰਿਹਾ? ਅਬੋਹਰ ਤੋਂ ਵੈਸੇ ਆਲ ਓਵਰ ਆਪਣੇ ਨੌਰਥ ਇੰਡੀਆ ਦੇ ਜ਼ਿਆਦਾ ਜਾ ਰਿਹਾ ਜੀ। ਕਿੰਨੂ ਮੰਡੀ ਦਾ ਜਿਹੜਾ ਮਾਲ ਜਾ ਰਿਹਾ, ਬਿਹਾਰ ਦੀ ਡੇਲੀ ਲੋਡਿੰਗ ਹੋ ਰਹੀ ਹੈ, ਲਗਭਗ 500-700 ਕੁਇੰਟਲ ਮਾਲ ਡੇਲੀ ਬਿਹਾਰ ਜਾ ਰਿਹਾ ਇੱਥੋਂ ਅਬੋਹਰ ਤੋਂ ਮੰਡੀ ਤੋਂ। ਅਤੇ ਬਿਹਾਰ ਪਹਿਲਾਂ ਵੀ ਜਾਂਦਾ ਸੀਗਾ ਜੀ, ਅਤੇ ਯੂਪੀ ਬਹੁਤ ਮਾਲ ਖਾਂਦੀ ਹੈ ਜੀ, ਯੂਪੀ ਦੇ ਗਾਹਕ ਬਹੁਤ ਆਉਂਦੇ ਆ ਜਿਹੜੇ ਲੈ ਕੇ ਜਾਂਦੇ ਇੱਥੇ। ਦਿੱਲੀ ਅਤੇ ਗੁੜਗਾਵਾਂ, ਨੋਇਡਾ, ਗਾਜ਼ੀਆਬਾਦ, ਸਾਹਿਬਾਬਾਦ, ਇੱਧਰ ਦੀ ਡੇਲੀ ਕੁਇੰਟਲ ਜਿਹੜੀ ਲੋਡ ਹੁੰਦੀ ਹੈ ਇੱਥੋਂ ਜਾਂਦੀ ਹੈ। ਇਹ ਬੇਸਿਕ ਮਾਲ ਜਿਹੜੇ, ਬਾਕੀ ਪੰਜਾਬ ਦੇ ਆਪਣੇ ਹਰਿਆਣੇ ਦੇ ਪਿਕ ਪਾਉਂਦੀ ਆ ਜਿਹੜੇ ਪੱਤਾ ਡੰਡੀ ਵਾਲਾ ਮਾਲ ਲੈ ਕੇ ਜਾਂਦੇ ਆ ਉਹ, ਇਹਨਾਂ ਦੀ ਬਸ ਸੰਭਾਵਨਾਵਾਂ ਜਿਹੜੀਆਂ ਵੀ ਧੁੱਪਾਂ ਨਿਕਲਣ ਤੋਂ ਬਾਅਦ ਹੀ। ਹਾਂਜੀ ਹਾਂਜੀ ਹਾਂਜੀ, ਬਸ ਅਸੀਂ ਵੀ ਆਹੀ ਉਮੀਦ ਕਰਦੇ ਹਾਂ ਜੀ ਵੀ ਇੱਕ ਅੱਧੇ ਦਿਨ ਦੇ ਵਿੱਚ ਪਿਛਲੀ ਜਿਹੜੇ ਕਲੀਅਰੈਂਸ ਮਾਲ ਹੋ ਜਾਣਗੇ, ਉਸ ਤੋਂ ਬਾਅਦ ਇੱਥੇ ਮਾਰਕੀਟ 1-2 ਰੁਪਏ ਆਪਾਂ ਆਉਣ ਦੀ ਉਮੀਦ ਹੈ ਜੀ। ਠੀਕ ਹੈ ਬਾਈ, ਥੈਂਕ ਯੂ ਜੀ। ਤਾਂ ਇਹ ਇੰਦਰ ਜੀ ਜਿਹੜੇ ਕਿ ਅਬੋਹਰ ਕਿੰਨੂ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰ ਹੈ, ਤਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਲ ਹੈ ਮੰਡੀ ਦੇ ਵਿੱਚ ਉਹ ਕਿੰਨਾ ਆ ਰਿਹਾ। ਤਾਂ ਅਬੋਹਰ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਹੈ ਉਹ, ਤਾਂ ਜੋ ਜਿਹੜੀ ਅਪਡੇਟ ਹੈ ਉਹ ਤੁਹਾਡੇ ਤੱਕ ਪਹੁੰਚਦੀ ਰਹੇ। ਲਾਈਵ ਤੁਹਾਨੂੰ ਦਿਖਾ ਰਹੇ ਹਾਂ ਮੰਡੀ 'ਚ ਜਿਹੜਾ ਕਿੰਨੂ ਹੈ ਉਹ ਲਗਾਤਾਰ ਆ ਰਿਹਾ, ਅਤੇ ਅੱਜ ਦੇ ਭਾਅ ਕੀ ਰਹੇ ਹੈ ਉਹ ਤੁਹਾਨੂੰ ਦੱਸਿਆ ਕਿ 13 ਰੁਪਏ ਜਿਹੜਾ ਮਾਲ ਹੈ। ਇੱਕ ਹੋਰ ਬਾਈ ਨਾਲ ਵੀ ਗੱਲ ਕਰਾਂਗੇ, ਉਹਨਾਂ ਤੋਂ ਵੀ ਜਾਣਦੇ ਹਾਂ ਕਿ ਅੱਜ ਦਾ ਜਿਹੜਾ ਰੇਟ ਹੈ। ਸੁਖਦੇਵ ਜੀ ਕੀ ਰੇਟ ਰਿਹਾ ਤੁਸੀਂ? ਉੱਚਾ 11 ਰੁਪਏ ਵਿਕਿਆ ਵੀਰ ਜੀ, ਆਮ ਭਾਅ 7 ਰੁਪਏ 8 ਰੁਪਏ ਬਸ, 7 ਤੋਂ ਲੈ ਕੇ 9 ਰੁਪਏ ਤੱਕ ਆਮ ਭਾਅ। ਮਾਲ ਦੀ ਘੱਟ ਹੈ ਡਿਮਾਂਡ ਅੱਜ ਜੀ, ਕੱਲ ਠੀਕ ਸੀ, ਅੱਜ ਘੱਟ ਹੈ ਡਿਮਾਂਡ ਜੀ। ਰੇਟ ਹਲੇ ਵਧਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ, ਮੌਸਮ ਸਾਥ ਨਹੀਂ ਦੇ ਰਿਹਾ ਜੀ। ਅੱਜ ਧੁੱਪ ਨਿਕਲੀ ਹੈ, ਬਾਕੀ ਕਈ ਸਾਈਡਾਂ ਤੇ ਬਾਰਿਸ਼ ਹੋ ਰਹੀ ਹੈ ਅੱਜ ਵੀ, ਜਿਵੇਂ ਬਿਹਾਰ ਦੀ ਲੋਡਿੰਗ ਹੋ ਰਹੀ ਸੀ, ਬਿਹਾਰ ਚੱਲ ਰਹੀ ਹੈ ਜੀ, ਤਾਂ ਕਰਕੇ ਲੋਡਿੰਗ ਨਹੀਂ ਹੋ ਰਹੀ, ਬਿਹਾਰ ਬਿਲਕੁਲ ਬੰਦ ਹੈ। ਹਾਂਜੀ, ਮਹਾਂ ਬਿਹਾਰ ਰੈਗੂਲਰ ਮਾਲ ਜਾ ਰਿਹਾ ਸੀ, ਪਰ ਅੱਜ ਨਹੀਂ ਹੋਈ ਉੱਧਰ ਬਿਹਾਰ ਦੀ ਲੋਡਿੰਗ। ਹਾਂਜੀ ਵੀਰ, ਓਕੇ ਸਰ। ਮਰੁਤੀ ਵਿਖਿਆ ਬਾਈ ਜੀ, ਆ ਵਿਖਿਆ ਲਾ ਰਹੇ ਹੋ ਬੋਲੀ? ਪੱਤਾ ਕਟਿੰਗ ਜਿਹੜਾ ਮਾਲ ਹੈ ਉਹਦੀ ਜਿਹੜੀ ਬੋਲੀ ਹੈ ਉਹ ਹੋਣੀ ਹੈ ਹਾਲੇ। ਕੀ ਹਾਲ ਹੈ? ਤਾਂ ਅਬੋਹਰ ਕਿੰਨੂ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ। ਲਾਈਵ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਦੇ ਵਿੱਚ ਅੱਜ ਦੇ ਜਿਹੜੇ ਭਾਅ ਹੈ ਉਹ ਕੀ ਰਹੇ ਆ। ਤਾਂ ਅੱਜ ਉੱਚਾ ਜਿਹੜਾ ਉਹ 13 ਰੁਪਏ ਜਿਹੜਾ ਉੱਚਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਵਿਕ ਰਿਹਾ ਹੈ।
ਅਬੋਹਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਤੇ ਅੱਜ ਦੇ ਵੇਚਦੇ ਨੀ ਫਿਰ ਕੋਈ ਲੱਗੇ ਸੀ ਵੇਚ ਦਿਆਂਗੇ ਕੋਈ ਗਾਹਕ ਤਾਂ ਲੱਗੇ ਅੱਛਾ ਤਾਂ ਬਾਈ ਕਹਿੰਦਾ ਵੀ ਜਿਹੜਾ ਕਿੰਨੂ ਹੈ ਉਹ ਸਾਡਾ ਵੇਚ ਨਹੀਂ ਰਿਹਾ ਸੈਦਾਂ ਵਾਲੀ ਤੋਂ ਹੈ। ਕਈ ਪਿੰਡਾਂ ਦੇ ਵਿੱਚ ਠੇਕੇਦਾਰ ਹੈ ਜਿਹੜੇ ਛੋਟੇ ਉਹ ਮਾਲ ਲੈ ਕੇ ਆਉਂਦੇ ਆ ਉਹ ਪਿੰਡਾਂ ਚ ਦੋ ਕਿੱਲੇ ਜਾਂ 5 ਕਿੱਲੇ ਕਿੰਨੂ ਲੈ ਲੈਂਦੇ। ਤੁਸੀਂ ਕਿੰਨੇ ਕਿੱਲੇ ਬਾਗ ਲਿਆ? ਚਾਰ ਕਿੱਲੇ। ਪਹਿਲਾਂ ਕੀ ਰੇਟ ਵੇਚਿਆ? ਪਰਸੋਂ ਤੋਂ ਤੇਰੀ ਤੇ 8.5 ਰੁਪਏ ਵਿਕੇ। ਅੱਛਾ 9 ਰੁਪਏ ਵਿਕੇ, ਉਹ ਤੋਂ ਬਾਅਦ 2-3 ਹੋ ਗਿਆ ਡਿੱਗਦਾ ਹੀ ਨਹੀਂ ਪਿਆ। ਅੱਛਾ ਬਾਈ ਕਹਿੰਦਾ ਸਾਰਾ ਹੀ ਥੱਲੇ ਮਾਲ ਜਿਹੜਾ ਉਹ ਡਿੱਗ ਰਿਹਾ। 4 ਕਿੱਲੇ ਠੇਕੇ ਲਿਆ ਪਰ ਰੇਟ ਹੈ ਜਿਹੜਾ ਉਹ ਮਿਲ ਨਹੀਂ ਰਿਹਾ, ਜਿਹਦੇ ਕਰਕੇ ਘਾਟਾ ਜਿਹੜਾ ਉਹਨਾਂ ਨੂੰ ਕਹਿੰਦੇ ਉਹ ਪੈ ਰਿਹਾ। ਤਾਂ ਉਧਰ ਪੰਜਾਬ ਐਗਰੋ ਵੱਲੋਂ ਜੇਕਰ ਗੱਲ ਕਰੀਏ ਤਾਂ ਖਰੀਦ ਹੈ ਜਿਹੜੀ ਕਿੰਨੂ ਦੀ ਉਹ ਪਿੰਡਾਂ ਦੇ ਵਿੱਚ ਬਾਗ ਹੈ ਜਿਹੜੇ ਉਹ ਖਰੀਦੇ ਜਾ ਰਹੇ ਹੈ ਵੱਖ ਵੱਖ ਜਿਹੜੇ ਰੇਟਾਂ ਤੇ। ਤਾਂ ਅਬੋਹਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸ਼ੇਅਰ ਕਰ ਰਹੇ ਹਾਂ ਕਿ ਅੱਜ ਦਾ ਜਿਹੜਾ ਭਾਅ ਮੰਡੀ ਦੇ ਵਿੱਚ ਉਹ ਤੇਰਾਂ ਰੁਪਏ ਉੱਚਾ ਜਿਹੜਾ ਵਿਖਿਆ, 11 ਰੁਪਏ ਜ਼ਿਆਦਾਤਰ ਭਾਅ ਜਿਹੜਾ ਮੰਡੀ 'ਚ ਰਿਹਾ ਹੈ। ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਬੋਹਰ ਕਿੰਨੂ ਮੰਡੀ ਦੀਆਂ। ਤਾਂ ਜਿਹੜੇ ਵੀ ਵੀਰ ਜੁੜਨ ਵੀਡੀਓ ਸ਼ੇਅਰ ਕਰ ਦਿਓ। ਆਪਣਾ ਮਕਸਦ ਜਿਹੜਾ ਵੀਡੀਓ ਦਾ ਇਹ ਹੁੰਦਾ ਹੈ ਕਿ ਤੁਹਾਡੇ ਤੱਕ ਮੰਡੀ ਦੇ ਭਾਅ ਜਿਹੜੇ ਉਹ ਕੀ ਰਹੇ ਆ ਉਹ ਪਤਾ ਲੱਗ ਸਕੇ ਕਿ ਮੰਡੀ ਦੇ ਜਿਹੜੇ ਭਾਅ ਹੈ ਉਹ ਕੀ ਰਹੇ ਆ, ਉਹ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹੀ ਹੁੰਦਾ ਹੈ ਕਿ ਵੀਡੀਓ ਤੁਹਾਡੇ ਤੱਕ ਜਿਹੜੀ ਰੇਟ ਹੈ ਉਹ ਪਹੁੰਚਦੇ ਰਹਿਣ। ਤਾਂ ਅਬੋਹਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਰੋ। ਅੱਜ 5 ਫਰਵਰੀ 2024 ਦੇ ਭਾਅ ਜਿਹੜੇ ਉਹ ਮੰਡੀ ਦੇ ਵਿੱਚ 11 ਰੁਪਏ ਜਿਹੜਾ ਕਿੰਨੂ ਹੈ ਉਹ ਐਵਰੇਜ ਭਾਅ ਰਿਹਾ, 13 ਰੁਪਏ ਉੱਚਾ ਜਿਹੜਾ ਭਾਅ ਕਿੰਨੂ ਮੰਡੀ ਦਾ ਉਹ ਰਿਹਾ ਵੀਰੋ। ਤਾਂ ਜਿੰਨੇ ਵੀ ਵੀਰ ਕਮੈਂਟ ਕਰ ਰਹੇ ਆ, ਜੁੜ ਰਹੇ ਆ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਸਾਰੇ ਵੀਰਾਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ।